ਅਖੀਰ ਵਾਰ ਤੁਸੀਂ ਕਦੋਂ ਖਿਚਾਈ ਸੀ ਫੋਟੋ ਆਪਣੀ? ਅਖੀਰੀ ਆ ਬੰਦਾ ਉਹਦਾ ਜ਼ਿੰਦਗੀ 'ਚ ਤੁਹਾਨੂੰ ਲੱਗਦਾ ਖੁਸ਼ ਕਿੱਦਾਂ ਰਹਿ ਸਕਦਾ? ਹੁਣ ਕੀ ਦੱਸਾਂ। ਇਹ ਵੀਡੀਓ ਹੈ ਮੇਰੇ ਤਾਤਾ ਜੀ ਦੀ। ਆਪਣੀ ਦਾਦਾ ਜੀ ਦੀ ਯਾਦ ਦੇ ਵਿੱਚ ਮੈਂ ਨਿਕਲ ਪਿਆ ਹਾਂ ਇੱਕ ਸਫ਼ਰ 'ਤੇ, ਉਸ ਸਫ਼ਰ 'ਤੇ ਜਿੱਥੇ ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ ਲੱਭਦਾ ਹਾਂ। ਅਤੇ ਅੱਜ ਦੇ ਸਫ਼ਰ ਦੇ ਵਿੱਚ ਮੈਂ ਇੱਕ ਬਾਪੂ ਜੀ ਨੂੰ ਪੁੱਛਦਾ ਹਾਂ ਕਿ ਮੈਂ ਉਹਨਾਂ ਦੀ ਤਸਵੀਰ ਲੈ ਸਕਦਾ। ਤਸਵੀਰ ਲੈਣ ਮਗਰੋਂ ਬਾਪੂ ਜੀ ਇੱਕ ਬੇਨਤੀ ਕਰਦੇ ਨੇ, ਉਹ ਬੇਨਤੀ ਕੀ ਹੈ ਆਜੋ ਜਾਣੀਏ ਇਸ ਵੀਡੀਓ ਦੇ ਵਿੱਚ। ਬਾਪੂ ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਨਾ ਫੋਟੋਗ੍ਰਾਫੀ ਦਾ ਸ਼ੌਕ ਆ ਅਤੇ ਮੈਂ ਤੁਹਾਡੀ ਫੋਟੋ ਲੈ ਸਕਦਾ? ਲੈ ਲਓ। ਵਾਹਿਗੁਰੂ ਜੀ, ਚੰਗਾ ਲੱਗਦਾ, ਚੰਗਾ ਲੱਗਦਾ, ਲੈ ਲਓ। ਆਜੋ ਉੱਥੇ ਸ਼ਾਮੇ ਕਰ ਲਈਏ ਕਿਤੇ, ਜਿੱਥੇ ਮਰਜ਼ੀ ਆਜੋ, ਆਜੋ ਉੱਥੇ ਆਜੋ ਸ਼ਾਮੇ, ਮੈਂ ਤੁਹਾਡੀ ਹੈਲਪ ਕਰਾਂ। ਥੋੜਾ ਮੁੱਛਾਂ ਨੂੰ ਐਂ ਠੀਕ ਕਰ ਲਓ, ਇੱਥੇ ਦੇਖ ਲਓ, ਹੱਸ ਕੇ ਕਰਾ ਲਓ ਇੱਕ, ਹੱਸ ਕੇ। ਅਖੀਰ ਵਾਰ ਤੁਸੀਂ ਕਦੋਂ ਖਿਚਾਈ ਸੀ ਫੋਟੋ ਆਪਣੀ? ਅਖੀਰੀ ਆ, ਖੁਸ਼ ਕਿੱਦਾਂ ਰਹਿ ਸਕਦਾ? ਹੁਣ ਕੀ ਦੱਸਾਂ, ਸੇਵਾ ਨਾਲ ਹੀ ਖੁਸ਼ਦਾ। ਹਾਂਜੀ ਹਾਂ, ਇਹੀ ਖੁਸ਼ ਰੱਖ ਸਕਦਾ ਸੇਵਾ ਦਾ। ਤੁਹਾਨੂੰ ਮੈਂ ਉੱਥੇ ਦੇਖਿਆ, ਤੁਸੀਂ ਆਪਣੇ ਸਾਈਕਲ ਨਾਲ ਆ ਰਹੇ ਸੀ ਇੱਧਰ ਨੂੰ, ਮੈਂ ਕਿਹਾ ਬਾਪੂ ਜੀ ਜੇ ਫਰੀ ਆ ਤਾਂ ਮੈਂ ਪੁੱਛ ਲਾਂ ਉਹਨਾਂ ਨੂੰ। ਫਰੀ ਆ ਜਾਂਦੀ ਆ ਵਾਈ। ਅਖੀਰ ਵਾਰ ਫੋਟੋ ਤੁਸੀਂ ਪਿੰਡ 'ਚ ਖਿਚਾਈ ਸੀਗੀ? ਹਾਂ ਪਿੰਡ 'ਚ, ਉਹ ਵੀ ਉਹ ਬੈਂਕ ਦੇ ਵਿੱਚ ਕੰਮ ਚਾਹੀ ਹੋਈ ਸੀ। ਅੱਜ ਤੁਸੀਂ ਰੀਝ ਨਾਲ ਖਿਚਾਈ? ਹਾਂ, ਅੱਜ ਵੀ ਗੁਰੂ ਨਾਨਕ ਦੇਵ ਜੀ ਨੇ ਆਪ ਜੀ ਨੂੰ ਭੇਜ ਕੇ। ਆ ਲਓ ਬਾਪੂ ਜੀ। ਸੋਹਣੀ ਲੱਗੀ ਦਾ ਇੱਕ ਮੈਨੂੰ ਵੱਡੀ ਬਣਾ ਕੇ ਦੇ, ਜਗ੍ਹਾ ਮੈਂ ਪਿੰਡ ਰੱਖ ਕੇ ਆ, ਪੈਸੇ ਲੈ ਦੇ। ਨਹੀਂ ਇੱਦਾਂ ਹੀ ਕਰ ਦੇਣੀ ਆ। ਬਾਪੂ ਜੀ ਨੇ ਬਹੁਤ ਹੀ ਸਹਿਜ ਤਰੀਕੇ ਨਾਲ ਫੋਟੋ ਨੂੰ ਆਪਣੀ ਝੋਲੀ ਵਿੱਚ ਪਾਇਆ। ਮੁੜ ਉਹਨਾਂ ਨੇ ਕਿਹਾ ਕਿ ਇੱਕ ਫੋਟੋ ਉਹਨਾਂ ਦੇ ਫੋਨ 'ਤੇ ਆਪਾਂ ਦੋਨੋਂ ਜਾਣੇ ਲਈਏ। ਅਸੀਂ ਇੱਕ ਦੂਜੇ ਨੂੰ ਫਤਿਹ ਬੁਲਾਈ ਅਤੇ ਕਿਹਾ ਮੁੜ ਆਪਾਂ ਇੰਡੀਆ ਮਿਲਾਂਗੇ। ਪਰ ਮੈਂ ਚਾਹੁੰਦਾ ਸੀ ਉਹ ਬਾਪੂ ਜੀ ਦੀ ਬੇਨਤੀ ਪੂਰੀ ਕੀਤੀ ਜਾਵੇ ਅਤੇ ਮੈਂ ਨਿਕਲ ਗਿਆ ਉਹਨਾਂ ਦੀ ਫੋਟੋ ਫਰੇਮ ਕਰਾਉਣ। ਬਾਪੂ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ। ਉਹ ਕੱਲ ਬੜੇ ਸਿਆਣੇ ਹੈ। ਧੰਨ ਗੁਰੂ, ਵੱਡੀ ਉਮਰ ਹੋਏ ਮੇਰੀ ਫੋਟੋ ਬਣਾ ਕੇ। ਧੰਨਵਾਦ ਜੀ, ਵਧੀਆ ਲੱਗੀ ਤੁਹਾਨੂੰ? ਧੰਨਵਾਦ, ਪਿੰਡ ਜ਼ਰੂਰ ਲੈ ਕੇ ਜਾਇਓ ਹੁਣ। ਇਹ ਪਿੰਡ ਪਹੁੰਚ ਗਈ ਤਾਂ ਸਫਲ ਹੋ ਗਈ ਕਹਿ ਲਓ। ਉਮੀਦ ਕਰਦਾ ਕਿ ਇਹ ਫੋਟੋ ਬਾਪੂ ਜੀ ਆਪ ਆਪਣੇ ਪਿੰਡ ਲੈ ਕੇ ਜਾਣ ਅਤੇ ਉੱਥੇ ਆਪਣੀ ਮਨਪਸੰਦ ਜਗ੍ਹਾ 'ਤੇ ਇਹਨੂੰ ਲਾ ਕੇ ਬਾਕੀਆਂ ਨੂੰ ਵੀ ਦਿਖਾਉਣ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ। ਪਿਛਲੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇਣ ਲਈ ਤੁਹਾਡਾ ਧੰਨਵਾਦ।
ਤੁਹਾਡੇ ਲਈ ਬਹੁਤ ਸਾਰਾ ਇਨਰ ਪੀਸ ਅਤੇ ਪਿਆਰ।